ਮਾਤਮ ਦੀਆਂ ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਜਵਾਨ ਪੁੱਤ ਦੀ ਕੈਨੇਡਾ ਦੀ ਧਰਤੀ ਤੇ ਦਰਦਨਾਕ ਮੌਤ ਹੋਈ ਹੈ, ਜੋ ਕਿ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਗਿਆ ਸੀ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮਹਿਜ਼ 23 ਸਾਲਾਂ ਦਾ ਗੁਰਸਾਹਿਬ ਸਿੰਘ, ਜੋ ਕਿ ਸਟੱਡੀ ਵੀਜ਼ਾ ਤੇ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਗਿਆ ਸੀ, ਉੱਥੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਸਾਹਿਬ ਕਾਲਜ ਗਿਆ ਸੀ ਤੇ ਕਾਲਜ ਤੋਂ ਰੋਜ਼ਾਨਾ ਦੀ ਤਰ੍ਹਾਂ ਪੈਦਲ ਹੀ ਵਾਪਸ ਆ ਰਿਹਾ ਸੀ ਤਾਂ ਉੱਥੇ ਓਵਰ ਸਪੀਡ 3 ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਦੀ ਲਪੇਟ ਵਿੱਚ ਗੁਰਸਾਹਿਬ ਵੀ ਆ ਗਿਆ ਤੇ ਉਸਦੀ ਮੌਤ ਹੋ ਗਈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਉਹਨਾਂ ਦੇ ਬੱਚੇ ਦਾ ਭਵਿੱਖ ਹਲੇ ਸ਼ੁਰੂ ਵੀ ਨਹੀਂ ਹੋਇਆ ਸੀ। ਸਪਨੇ ਸਜਾਏ ਸੀ ਜੋ ਪਹਿਲਾਂ ਹੀ ਟੁੱਟ ਗਏ। ਹੁਣੇ ਮਾਂ ਬਾਪ ਆਪਣੇ ਪੁੱਤ ਦਾ ਆਖਰੀ ਵਾਰ ਚਿਹਰਾ ਦੇਖਣਾ ਚਾਹੁੰਦੇ ਨੇ। ਗੁਰਸਾਹਿਬ ਦੇ ਪਿਤਾ ਨੇ ਦੱਸਿਆ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ, ਯਾਨੀ ਕਿ 13 ਮਾਰਚ 2024 ਨੂੰ ਹੀ ਉਹਨਾਂ ਦਾ ਪੁੱਤ ਕੈਨੇਡਾ ਪੜ੍ਹਾਈ ਲਈ ਗਿਆ ਸੀ। 13 ਅਪ੍ਰੈਲ ਨੂੰ ਜਦੋਂ ਉਹ ਪੈਦਲ ਤੁਰਿਆ ਜਾ ਰਿਹਾ ਸੀ ਆਪਣੇ ਕਾਲਜ ਤੋਂ ਬਾਹਰ, ਤਾਂ ਇਸੇ ਦੌਰਾਨ 3 ਓਵਰ ਸਪੀਡ ਵਾਹਨਾਂ ਦੀ ਟੱਕਰ ਹੋ ਗਈ ਤੇ ਉਹਨਾਂ ਦਾ ਬੇਟਾ ਗੁਰਸਾਹਿਬ ਸਿੰਘ 62 ਇਹਨਾਂ ਗੱਡੀਆਂ ਦੀ ਲਪੇਟ ਚ ਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾਂਦਾ। ਪਰਿਵਾਰ ਇੱਕੋ ਹੀ ਮੰਗ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਏ ਅਤੇ ਆਪਣੇ ਬੇਟੇ ਦੀਆਂ ਅੰਤਮ ਰਸਮਾਂ ਨਿਭਾ ਸਕਣ, ਉਸਦਾ ਚਿਹਰਾ ਦੇਖ ਸਕਣ ਤੇ ਆਪਣੀਆਂ ਰਸਮਾਂ ਦੇ ਨਾਲ ਹੀ ਉਸਦਾ ਅੰਤਮ ਸੰਸਕਾਰ ਕਰ ਸਕਣ। ਨਾਲ ਹੀ ਉਹਨਾਂ ਨੇ ਬਾਕੀ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਧੀਆਂ ਪੁੱਤਾਂ ਨੂੰ ਬਾਹਰ ਨਾ ਭੇਜੋ, ਚਾਹੇ ਆਪਣੇ ਪੰਜਾਬ 'ਚ ਰਹਿ ਕੇ ਹੀ ਗੁਜ਼ਾਰਾ ਕਰ ਲੈਣ, ਥੋੜ੍ਹੇ ਬਹੁਤੇ ਨਾਲ ਹੀ ਕਰ ਲੈਣ, ਪਰ ਬੱਚਿਆਂ ਨੂੰ ਬਾਹਰ ਨਾ ਭੇਜਣ। ਦੱਸਦੀ ਕਿ ਗੁਰਸਾਹਿਬ ਸਿੰਘ ਹਲਕਾ ਮਜੀਠਾ ਦੇ ਪਿੰਡ ਮਹਿਦੀਪੁਰ ਦਾ ਰਹਿਣ ਵਾਲਾ ਸੀ। ਇਸ ਘਰ ਦੇ ਵਿੱਚ ਹੁਣ ਮਾਤਮ ਪਸਰਿਆ ਹੋਇਆ ਹੈ, ਜਿੱਥੇ ਮਹੀਨਾ ਪਹਿਲੇ ਹੀ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਸੀ ਕਿ ਉਹਨਾਂ ਦਾ ਪੁੱਤ ਕੈਨੇਡਾ ਚਲਾ ਗਿਆ ਹੈ, ਪੜ੍ਹਾਈ ਕਰ ਰਿਹਾ ਹੈ ਤੇ ਵਧੀਆ ਭਵਿੱਖ ਬਣਾਏਗਾ। ਪਰ ਮਾਪਿਆਂ ਨੂੰ ਵੀ ਨਹੀਂ ਪਤਾ ਸੀ ਕਿ ਉਹਨਾਂ ਦੇ ਪੁੱਤ ਨਾਲ ਅਜਿਹੀ ਅਣਹੋਣੀ ਹੋ ਜਾਏਗੀ ਕਿ ਇੱਕ ਮਹੀਨੇ ਬਾਅਦ ਹੀ ਉਸਦੀ ਮੌਤ ਦੀ ਖਬਰ ਘਰ ਆਏਗੀ। ਫਿਲਹਾਲ ਇਹ ਪਰਿਵਾਰ ਹੁਣ ਮੰਗ ਕਰ ਰਿਹਾ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਏ। ਦੇਖੋ ਜੀ, ਬੱਚੇ ਆਪਣੇ ਦਾ ਨਾਂ ਗੁਰਸਾਹਿਬ ਸਿੰਘ 62 ਕੈਨੇਡਾ ਗਿਆ 13 ਮਾਰਚ ਨੂੰ। 13 ਅਪ੍ਰੈਲ ਨੂੰ ਉੱਥੇ ਐਕਸੀਡੈਂਟ ਹੋਇਆ ਜਿਹਦੇ ਵਿੱਚ ਉਹਦੀ ਮੌਤ ਹੋ ਗਈ। ਐਕਸੀਡੈਂਟ ਕਿਸ ਤਰ੍ਹਾਂ? ਐਕਸੀਡੈਂਟ ਗੱਡੀਆਂ 3 ਆਪਸ ਵਿੱਚ ਲੱਗੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਗੱਡੀ ਨਿਕਲ ਕੇ ਇਹ ਫੁੱਟਪਾਥ 'ਤੇ ਤੁਰਿਆ ਜਾ ਰਿਹਾ ਸੀਗਾ ਅਤੇ ਉਹਨੇ ਦਰੜ ਦਿੱਤਾ, ਇੱਕ ਵਿੱਚੋਂ ਨਿਕਲ ਗਈ ਇਹਦੇ ਦਾ ਚਲੀ। ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ? ਇਹਦਾ ਦੋਸਤ ਸੀ ਉੱਥੇ, ਮਤਲਬ ਜਿਹਦੇ ਕੋਲ ਰਹਿੰਦਾ ਸੀਗਾ ਇਹ, ਅਤੇ ਉਹਨੇ ਮੁੜ ਕੇ ਭੱਜ ਦੌੜ ਕਰਕੇ ਉਹਨਾਂ ਦੇ ਦੇਖਿਆ, ਪੁਲਿਸ ਨੇ ਫੋਨ ਚੁੱਕਿਆ, ਉਹਨੇ ਦੱਸਿਆ ਵੀ ਇਹ ਐਕਸੀਡੈਂਟ ਹੋ ਗਿਆ। ਉਹਨਾਂ ਫਿਰ ਜਦੋਂ ਇਹ ਉੱਥੇ ਪਹੁੰਚਿਆ ਹੋਸਪਿਟਲ, ਉਹਨਾਂ ਹੋਸਪਿਟਲ ਦਾਖਲ ਕਰਵਾਇਆ ਸੀਗਾ ਅਤੇ ਉਹਨੇ ਫਿਰ ਸਾਨੂੰ ਇਨਫੋਰਮੇਸ਼ਨ ਦਿੱਤੀ ਵੀ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ। ਠੀਕ, ਉੱਥੇ ਕੈਨੇਡਾ ਗਿਆ ਸੀ, ਕੈਨੇਡਾ ਕੀ ਕਰਨ ਗਿਆ ਸੀ? ਇਹ ਸਟੱਡੀ ਕਰਨ ਗਿਆ ਸੀ। ਕਿਸ ਚੀਜ਼ ਦੀ? ਬਿਜ਼ਨਸ। ਅਤੇ ਹੁਣ ਇਸ ਵੇਲੇ ਪਰਿਵਾਰ 'ਚ ਕੌਣ ਕੌਣ? ਪਰਿਵਾਰ ਦੇ ਵਿੱਚ ਇੱਕ ਮੇਰਾ ਬੇਟਾ ਵੱਡਾ ਚਮਕੌਰ ਸਿੰਘ 62, ਬੇਟੀ ਮੇਰੀ ਸ਼ਾਦੀਸ਼ੁਦਾ ਮਨਪ੍ਰੀਤ ਕੌਰ ਅਤੇ ਮੇਰੀ ਮਿਸਿਜ ਮਨਵੀਰ ਕੌਰ। ਕੀ ਅੱਜ ਜਿਹੜਾ ਵੱਡਾ ਤੁਹਾਡਾ ਜਿਹੜਾ ਘਾਟਾ ਉਹ ਪੂਰਾ ਹੋਣ ਵਾਲਾ ਤਾਂ ਨਹੀਂ ਹੈਗਾ, ਸਾਰੀ ਉਮਰ 'ਚ ਪੂਰਾ ਹੋਣ ਵਾਲਾ ਨਹੀਂ, ਪਰ ਆਉਣ ਵਾਲੀ ਪੀੜ੍ਹੀ ਨੂੰ ਕੀ ਸੁਨੇਹਾ ਦਿਓਗੇ? ਆਉਣ ਵਾਲੀ ਪੀੜ੍ਹੀ ਨੂੰ ਵੇਖੋ ਜੀ,
ਇਹੋ ਹੀ ਆਖਾਂਗੇ ਵੀ ਜੋ ਭਾਗਾਂ 'ਚ ਲਿਖਿਆ ਇੱਥੇ ਮਿਲ ਜਾਣਾ, ਨਾ ਕਿਤੇ ਭੱਜ ਦੌੜ ਕਰੋ, ਕਰਕੇ ਵੇਖ ਲਈ ਆ, ਜਿੱਥੇ ਪਰਮਾਤਮਾ ਨੇ ਰੱਖਣਾ ਉੱਥੇ ਰਹਿਣਾ ਪੈਣਾ। ਕੁਝ ਸਿਆਸੀ ਲੀਡਰਾਂ ਨੂੰ ਵੀ ਅਸੀਂ ਇੰਨੇ ਯੋਗੇ ਤਾਂ ਨਹੀਂ ਹਦਾਇਤ ਦੇਣ ਵਾਲੇ, ਪਰ ਕੋਸ਼ਿਸ਼ ਕਰਨ ਇਹਨਾਂ ਨੂੰ ਟਿਕਾਣੇ, ਨੌਕਰੀਆਂ ਦੇਣ, ਇਹਨਾਂ ਦੀ ਐਡਜਸਟਮੈਂਟ ਕਰਨ। ਜਿਹੜੇ ਬੱਚੇ ਇਸ ਤਰ੍ਹਾਂ ਬਾਹਰ ਜਾ ਕੇ ਕੋਈ ਅਟੈਕ ਕਰਵਾ ਆਉਂਦੇ ਨੇ, ਹਾਰਟ ਅਟੈਕ ਹੋ ਗਿਆ, ਕੋਈ ਐਕਸੀਡੈਂਟ 'ਚ ਮਾਰਿਆ ਜਾਂਦਾ, ਇਹ ਬੱਚੇ ਖੋਈਦੇ ਜਾਂਦੇ ਨੇ ਪੰਜਾਬ ਦੇ, ਨਾ ਇਸ ਤਰ੍ਹਾਂ ਹੋਵੇ। ਸਰਕਾਰ ਕੋਲੋਂ ਕੀ ਮੰਗ? ਸਰਕਾਰ ਕੋਲੋਂ ਵੇਖੋ ਜੀ, ਮੰਗ ਸਰਕਾਰ ਨੇ ਸਾਨੂੰ ਕੀ ਦੇਣਾ, ਪਰ ਇਹ ਤਾਂ ਜਿਹੜੀ ਕੋਸ਼ਿਸ਼ ਆ ਸਾਡੀ ਵੀ ਉਹਨਾਂ ਨੂੰ ਜਿਹੜੀ ਡੈੱਡ ਬੋਡੀ ਆ ਮੇਰੇ ਬੇਟੇ ਦੀ, ਉਹ ਇੱਥੇ ਮੰਗਵਾਈ ਜਾਵੇ, ਜਿਹੜਾ ਅਸੀਂ ਆਪਣੇ ਰੀਤੀ ਰਿਵਾਜ਼ਾਂ ਦੇ ਮੁਤਾਬਕ ਅਸੀਂ ਉਹਦਾ ਅੰਤਿਮ ਸੰਸਕਾਰ ਕਰ ਸਕੀਏ, ਅਤੇ ਇਹੋ ਸਾਡੀ ਡਿਮਾਂਡ ਆ ਸਰਕਾਰ। ਇੱਕ ਘਟਨਾ ਤਾਂ ਬਹੁਤ ਹੀ ਮਾੜੀ ਮੰਦਭਾਗੀ ਘਟਨਾ ਵਾ, ਜੋ ਕਿ ਇਹਨਾਂ ਦਾ ਬੇਟਾ ਗੁਰਸਾਹਿਬ ਸਿੰਘ 13 ਮਾਰਚ ਨੂੰ ਬਾਹਰ ਗਿਆ ਕੈਨੇਡਾ ਪੜ੍ਹਾਈ ਕਰਨ ਲਈ, ਅਤੇ 13 ਅਪ੍ਰੈਲ ਨੂੰ ਹੀ ਉਹਦਾ ਫੋਨ ਆ ਜਾਂਦਾ ਇੱਕ ਮਹੀਨੇ ਬਾਅਦ, ਅਤੇ ਇਸ ਦੇ ਨਾਲ ਤੁਹਾਨੂੰ ਪਤਾ ਹੀ ਆ ਕਿ ਪਰਿਵਾਰ ਦੇ ਪੱਲੇ ਕੀ ਰਹਿੰਦਾ। ਉਹ ਤਾਂ ਮਾਂ ਪਿਓ ਦਾ ਲੱਕ ਤੋੜ ਗਿਆ ਜੀ। ਬਾਕੀ ਇਹੋ ਹੀ ਇਹਦਾ ਘਾਟਾ ਨਾ ਪੂਰਾ ਹੋਣ ਵਾਲਾ ਵਾ, ਇਹੋ ਜਿਹਾ ਤਾਂ ਪਰਮਾਤਮਾ ਕਿਸੇ ਵੈਰੀ ਦੁਸ਼ਮਣਾਂ ਵੀ ਨਾ ਕਰੇ ਜੋ ਅੱਜ ਇਹਨਾਂ ਨਾਲ ਹੋਇਆ ਵਾ। ਅਤੇ ਬਾਕੀ ਅਸੀਂ ਤਾਂ ਕਹਿੰਦੇ ਹਾਂ ਵੀ ਸਰਕਾਰਾਂ ਨੂੰ ਇਹਨਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ, ਜੋ ਕਿ ਬੱਚੇ ਬਾਹਰ ਨੂੰ ਭੱਜਦੇ ਆ, ਇਹਨਾਂ ਨੂੰ ਨਾ ਭੱਜਣਾ ਪਵੇ। ਪੰਜਾਬ ਕਹਿੰਦੇ ਸੋਨੇ ਦੀ ਚਿੜੀ, ਸੋਨੇ ਦੀ ਚਿੜੀ ਕਹੀ ਤਾਂ ਜਾਂਦੇ ਆ, ਪਰ ਇੱਥੇ ਹਾਲ ਬਹੁਤੇ ਹੀ ਬੁਰੇ ਆ। ਕੋਈ ਕਿਸੇ ਕੰਮ ਵਿਕਾਸ ਦਾ ਮੈਂ ਇਸ ਪਾਸੇ ਨਹੀਂ ਜਾਂਦਾ, ਪਰ ਕਿਸੇ ਕਾਰੋਬਾਰ ਅਸੀਂ ਇਹੋ ਕਹਿੰਦੇ ਹਾਂ ਵੀ ਬੱਚਿਆਂ ਨੂੰ ਕੁਛ ਨਾ ਕੁਛ ਸੋਚਿਆ ਜਾਵੇ ਕਿ ਬੱਚੇ ਜਿਹੜੇ ਬਾਹਰ ਨੂੰ ਨਾ ਭੱਜਣ, ਇਹਨਾਂ ਦੀ ਕੋਈ ਨੌਕਰੀਆਂ ਪੜ੍ਹਾਈ ਦਾ ਕੋਈ ਸਾਰਾ ਪ੍ਰਬੰਧ ਕੀਤੇ ਜਾਣ। ਅਤੇ ਜਿਹੜੇ ਕਿ ਐਵੇਂ ਮਸ਼ਹੂਰੀਆਂ ਲਈ ਪੋਸਟਰ ਲਾਈ ਜਾਂਦੇ ਆ ਆਪਣੇ ਦੇ, ਹੋਰ ਉੱਥੇ ਉਹ ਕਰਦੇ ਉਹ ਕਰਦੇ, ਇੱਕ ਦੂਜੇ ਦੇ ਉੱਤੇ ਬੋਲੀ ਜਾਂਦੇ ਆ, ਉਹਨੇ ਉਹਨੂੰ ਗਾਲਾਂ ਕੱਢਤੀਆਂ, ਉਹਨੇ ਉਹਨੂੰ ਕੱਢਤੀਆਂ। ਪੰਜਾਬ ਵੱਲ ਤਾਂ ਕੋਈ ਧਿਆਨ ਦਿੰਦਾ ਹੀ ਨਹੀਂ ਹੈਗਾ ਵੀ ਇੱਥੇ ਜੋ ਨਸ਼ੇ ਦਾ ਚੱਲ ਰਿਹਾ, ਹੁਣ ਕੋਟ ਦਾ ਗੁਜਰਾ ਪਿੰਡ ਆ, ਅਤੇ ਇੱਥੇ 10 ਮੌਤਾਂ ਨਸ਼ੇ ਦੇ ਨਾਲ ਹੀ ਨੌਜਵਾਨਾਂ ਦੀਆਂ ਹੋ ਗਈਆਂ ਥੋੜ੍ਹੇ ਚਿਰ 'ਚ ਹੀ। ਬਹੁਤ ਬੁਰਾ ਹੀ ਹਾਲ ਆ ਹੁਣ। ਅਤੇ ਅੱਜ ਹੁਣ ਇੱਥੇ ਜੇ ਵਧੀਆ ਹਾਲਾਤ ਹੁੰਦੇ ਤਾਂ ਇਹ ਵੀ ਬੱਚਾ ਨਾ ਜਾਂਦਾ, ਅਤੇ ਅੱਜ ਇਹ ਦੁਰਘਟਨਾ ਨਾ ਵਾਪਰਦੀ। ਅਸੀਂ ਤਾਂ ਇਹੋ ਹੀ ਸਰਕਾਰ ਨੂੰ ਹੁਣ ਇੱਕ ਤਾਂ ਇਹਨਾਂ ਦੀ ਡੈੱਡ ਬੋਡੀ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਕਿ ਉਹ ਆਖਰੀ ਚਲੋ ਆਪਣੇ ਬੱਚੇ ਦਾ ਮੂੰਹ ਵੇਖ ਲੈਣ ਅਤੇ ਆਪਣੇ ਹੱਥੀਂ ਸੰਸਕਾਰ ਕਰ ਲੈਣ। ਅਤੇ ਬਾਕੀ ਹੋਰ ਗੱਲਾਂ ਤਾਂ ਬਹੁਤ ਆ ਜੀ, ਹੁਣ ਤਾਂ ਗੱਲਾਂ ਆਉਂਦੀਆਂ ਹੀ ਨਹੀਂ ਇਹੋ ਜਿਹੇ ਦੁੱਖ ਦੇ ਟਾਈਮ 'ਤੇ। ਸਾਡਾ ਜਿੰਨੇ ਵੀ ਆ ਬੈਠੇ ਆ ਭਰਾ ਸਾਰਿਆਂ ਦੇ ਕੋਲ ਬੋਲਿਆ ਨਹੀਂ ਜਾਣ ਡਿਆ, ਅਤੇ ਮਾਂ ਪਿਓ ਦਾ ਤਾਂ ਤੁਹਾਨੂੰ ਪਤਾ ਹੀ ਆ ਫਿਰ ਜੋ। ਸੋਰੀ।